ਆਖਰ ਨੂੰ 1 ਜਨਵਰੀ ਤੋਂ ਪੰਜਾਬ 'ਚ ਵਧਣ ਵਾਲੇ ਬਿਜਲੀ ਦੇ ਰੇਟ ਆਮ ਲੋਕਾਂ ਦੇ ਲਈ ਮਹਿੰਗੇ ਲੱਗ ਰਹੇ ਨੇ, ਜਿਸ ਨੂੰ ਲੈ ਕੇ ਉਹਨਾਂ ਕਿਹਾ ਕਿ ਉਹ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗੱਲਬਾਤ ਕਰਨਗੇ। ਨਾਲ ਹੀ ਨਵੇਂ ਸਾਲ ਤੇ ਵਧਣ ਜਾ ਰਹੇ ਇਹਨਾਂ ਰੇਟਾਂ ਨੂੰ ਲੈ ਕੇ ਉਹਨਾਂ ਅਕਾਲੀ ਭਾਜਪਾ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ ਤੇ ਬਿਜਲੀ ਦੇ ਵਧਣ ਜਾ ਰਹੇ ਭਾਅ ਦੇ ਲਈ ਉਹਨਾਂ ਅਕਾਲੀ ਭਾਜਪਾ ਸਰਕਾਰ ਨੂੰ ਹੀ ਜ਼ਿੰਮੇਵਾਰ ਠਹਿਰਾਇਆ। ਦੇਖੋ, ਪਾਣੀ ਇੱਕ ਬਹੁਤ ਵੱਡੀ ਸਮੱਸਿਆ ਸਾਹਿਬ, ਇਹਦੇ ਵਿੱਚ ਤਾਂ ਕੋਈ ਕਿਸੇ ਨੂੰ ਕਿੰਤੂ ਪਰੰਤੂ ਨਹੀਂ। ਪੰਜਾਬ ਦੇ ਪਾਣੀਆਂ ਦੇ ਰਾਖੇ ਵਜੋਂ ਜਾਣੇ ਜਾਂਦੇ ਆ ਕੈਪਟਨ ਸਾਹਿਬ, ਅਤੇ ਉਹ ਪਾਣੀਆਂ ਦੇ ਜਿਹੜਾ ਸੌਦਾ ਕਰ ਗਏ ਸੀਗੇ ਅਕਾਲੀ ਆਪਣੇ ਰਾਜ ਦੇ ਦੌਰਾਨ, ਕੁਛ ਚੰਦ ਏਕੜ ਜ਼ਮੀਨ ਜਿਹੜੀ ਅੱਜ ਉਹਦੀ ਕੋਈ ਕੀਮਤ ਨਹੀਂ ਰੱਖੀ ਜਾ ਸਕਦੀ, ਦਿੱਲੀ ਦੇ ਮੁੱਢ ਦੇ ਅੰਦਰ ਜਾ ਕੇ ਇਹਨਾਂ ਨੇ ਜਿਹੜੀ ਪੰਜਾਬ ਦੇ ਪਾਣੀਆਂ ਦਾ ਸੌਦਾ ਕਰ ਲਿਆ ਸੀਗਾ, ਉਹ ਹੋ ਗਿਆ। ਉਹਦੇ ਬਾਅਦ ਅੱਜ ਜਿਹੜਾ ਗਰਾਊਂਡ ਲੈਵਲ ਜਿਹੜਾ ਸਾਡਾ ਗਿਰਿਆ ਜਾ ਰਿਹਾ, ਉਹਦੇ ਵਾਸਤੇ ਜਿਹੜੀ ਇਹ ਸਕੀਮ ਚਾਲੂ ਕੀਤੀ ਹੈ, ਬਿਲਕੁਲ ਕੈਪਟਨ ਸਾਹਿਬ ਦੀ ਜਿਹੜੀ ਸੋਚ ਹੈ ਬਿਲਕੁਲ ਸਹੀ ਹੈ। ਪਾਣੀ ਦੇ ਮੁੱਦੇ ਦੇ ਉੱਤੇ ਕੋਈ ਸਿਆਸਤ ਨਹੀਂ, ਪਾਣੀ ਦੇ ਮੁੱਦੇ ਵਾਸਤੇ ਚਾਹੇ ਬੀਜੇਪੀ ਸਰਕਾਰ ਨੇ ਕੋਈ ਸਕੀਮ ਬਣਾਈ ਹੈ, ਪਰ ਮੇਰੀ ਇੱਕ ਸ਼ੰਕਾ ਇਹਦੇ ਵਿੱਚ ਹੈ, ਹਾਥੀ ਕੇ ਦਾਂਤ ਖਾਣੇ ਕੇ ਔਰ ਦਿਖਾਣੇ ਕੇ ਔਰ। ਆਹ ਜਿਹੜੀ ਅਟਲ ਯੋਜਨਾ ਚਾਲੂ ਕੀਤੀ ਹੈ, ਇਹਨੂੰ ਮੈਂ ਸੀਐਮ ਸਾਹਿਬ ਨੂੰ ਜਦੋਂ ਮੁਲਾਕਾਤ ਹੁੰਦੀ ਹੈ ਉਹਨਾਂ ਦੀ ਤਬੀਅਤ, ਕਿਉਂਕਿ ਓਪਰੇਸ਼ਨ ਦੇ ਬਾਅਦ ਅਜੇ ਉਹ ਨਾਸਾਜ ਹੈ ਉਹਨਾਂ ਦੀ ਤਬੀਅਤ, ਅਤੇ ਮੈਂ ਕਹੂੰਗਾ ਉਹਨੂੰ ਪੂਰਾ ਘੋਖਣ ਉਸ ਮਸਲੇ ਨੂੰ, ਕਿਤੇ ਉਹਦੇ ਚੱਕਰ ਦੇ ਵਿੱਚ ਸਾਡੇ ਜਿਹੜੇ ਸੂਬਿਆਂ ਦੇ ਅਖਤਿਆਰ ਹੈ, ਪਹਿਲਾਂ ਸਾਡੀ ਆਮਦਨ ਕਾਬੂ ਕਰ ਗਈ ਕੇਂਦਰ ਸਰਕਾਰ ਸੂਬਿਆਂ ਦੀ GST ਦੇ ਮਾਧਿਅਮ ਦੇ, ਹੁਣ GST ਆ ਜਿਹੜਾ ਪਾਣੀ ਦਾ ਅਟਲ ਯੋਜਨਾ ਲਾ ਰਹੀ ਹੈ, ਕਿਤੇ ਐਂ ਨਾ ਹੋਵੇ ਵੀ ਸਾਡੇ ਪਾਣੀਆਂ ਦੇ ਉੱਤੇ ਵੀ ਇੱਕ ਆ ਕੇ ਕਾਬੂ ਕਰਕੇ ਬਹਿ ਜਾਣ, ਉਹਦੇ ਵਾਸਤੇ ਵੀ ਕੋਈ ਅਜਿਹੇ ਕਾਨੂੰਨ ਜਿਹੜੇ ਲਾਗੂ ਕਰ ਦੇਣ, ਕਿਸਾਨ ਨੂੰ ਪਰੇਸ਼ਾਨੀ ਨਾ ਹੋਵੇ। ਪਰ ਮੈਂ ਮੁਬਾਰਕ ਕਦਮ ਸਮਝਦਾ ਵੀ ਕੈਪਟਨ ਸਾਹਿਬ ਨੇ ਇਸ ਮਸਲੇ 'ਤੇ ਰਾਜਨੀਤੀ ਤੋਂ ਉੱਤੇ ਉੱਠ ਕੇ ਜਿਹੜਾ ਕਦਮ ਲਿਆ, ਇਹਦੀ ਸ਼ਲਾਘਾ ਹੋਣੀ ਚਾਹੀਦੀ ਹੈ। ਜੀ, ਮੈਂ ਤੁਹਾਡਾ ਆਰਟੀਕਲ ਦੇਖਿਆ, ਮੈਂ ਓਨਾ ਹੀ ਜ਼ਿੰਮੇਵਾਰ ਹੋਊਂਗਾ ਜਿਨ੍ਹਾਂ ਲੋਕਾਂ ਨੇ ਉਹਨਾਂ ਪ੍ਰਾਈਵੇਟ ਦੇ ਨਾਲ ਸੌਦਾ ਕੀਤਾ, ਪੰਜਾਬ ਦੇ ਹਿੱਤਾਂ ਨੂੰ ਮਾਰ ਕੇ ਆਪਣੇ ਨਿੱਜੀ ਹਿੱਤਾਂ ਦੇ ਉੱਤੇ ਜਿਨ੍ਹਾਂ ਨੇ ਆ ਸਫੇਦ ਹਾਥੀ ਬੰਨੇ ਹੈ ਸਾਡੇ ਪੰਜਾਬ ਦੇ ਅਸਤਬਲ ਦੇ ਅੰਦਰ, ਮੈਂ ਓਨਾ ਹੀ ਜ਼ਿੰਮੇਵਾਰ ਹੋਊਂਗਾ ਜਿਨ੍ਹਾਂ ਉਹ ਰਾਜਨੀਤਿਕ ਲੋਕ, ਉਹ ਅਫਸਰ ਸਾਹਿਬਾਨ ਜਿਨ੍ਹਾਂ ਨੇ ਆ ਕੋਇਲੇ ਵਾਲਾ ਸੌਦਾ ਉਹਨਾਂ ਦੇ ਨਾਲ ਕੀਤਾ, ਅਨਵਾਸ਼ਟ ਕੋਲ ਲੈ ਕੇ ਜਿਹੜਾ ਹੁਣ ਸਾਡੇ ਪੰਜਾਬ ਦੇ ਲੋਕਾਂ ਦੇ ਉੱਤੇ ਬੋਝ ਪਿਆ, ਅਗਰ ਮੈਂ ਉਸ ਮੁੱਦੇ ਨੂੰ ਸਿਰੇ 'ਤੇ ਨਾ ਲੈ ਕੇ ਜਾ ਸਕਾਂ, ਉਹਦੇ ਵਿੱਚ ਮੈਂ ਵੀ ਜ਼ਿੰਮੇਵਾਰ ਹਾਂ। ਮੇਰੀ ਕੋਸ਼ਿਸ਼ ਹੋਊਗੀ ਵੀ ਇਸ ਮੁੱਦੇ ਦਾ ਨਿਚੋੜ ਕੱਢ ਕੇ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ, ਕਿਉਂਕਿ ਆਹ ਜਿਹੜਾ 30 ਪੈਸੇ ਵਧੋਤਰੀ ਹੋਈ ਹੈ ਰੇਟਸ ਦੇ ਅੰਦਰ, ਮੈਂ ਰਿਕੁਐਸਟ ਕਰੂੰਗਾ ਸੀਐਮ ਸਾਹਿਬ ਨੂੰ, ਪਹਿਲਾਂ ਤਾਂ ਜਿਹੜੇ IAS ਅਧਿਕਾਰੀਜ਼ ਹੈ ਉਹ ਆ ਕੇ ਸਾਰੇ MLA ਸਾਹਿਬਾਨ ਨੂੰ ਬਰੀਫ ਕਰਨ, ਕਿਉਂ ਜ਼ਰੂਰਤ ਪਈ, ਕੀ ਸਾਡੀ ਮਜਬੂਰੀਆਂ ਸੀ, ਅਤੇ ਇਹਦੇ ਵਿੱਚ ਇਹਨਾਂ ਲੋਕਾਂ ਦਾ ਅਕਾਲੀ BJP ਸਰਕਾਰ ਦਾ ਕਿੱਡਾ ਵੱਡਾ ਰੋਲ ਹੈ, ਅਤੇ ਬਾਕੀ ਜਿੱਥੇ ਤਾਂ ਇਨਕੁਆਇਰੀ ਪ੍ਰਾਈਵੇਟ ਜਿਹੜੇ ਥਰਮਲ ਪਲਾਂਟ ਦੇ ਓਨਰ ਸੀਗੇ ਜਾਂ ਜਿਹੜੇ ਵੀ ਐਗਰੀਮੈਂਟ ਉਹਨਾਂ ਦੇ ਨਾਲ ਸਾਈਨ ਕੀਤੇ ਗਏ, ਉਹਦੀ ਘੋਖ ਅੱਜ ਵੀ ਮੈਂ, ਮਾਈ ਸਟੈਂਡ ਇਜ਼ ਵੈਰੀ ਕਲੀਅਰ ਐਂਡ ਆਈ ਫੀਲ ਰਿਸਪੋਂਸੀਬਲ ਫਾਰ ਇਟ, ਇਹਦਾ ਮੈਂ ਜਵਾਬ ਦੇ ਆਪਣੇ ਆਪ ਨੂੰ ਮੰਨਦਾ। ਦੈਨਿਕ ਸਵੇਰਾ ਦੇ ਲਈ ਅੰਕੁਸ਼ ਮਹਾਜਨ ਦੀ ਰਿਪੋਰਟ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਇਹ ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ WhatsApp ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।